ਸਤਿ ਸ਼੍ਰੀ ਅਕਾਲ ਜੀ। ਹੁਣ ਜਿਹੜੀ ਨੈਕਸਟ ਵੀਡੀਓ ਆ ਉਹਦੇ ਵਿੱਚ ਮੈਂ ਨਾ ਜੀ ਇੱਕ ਫੋਰਮ ਲਿਆ ਵਾ, ਠੀਕ ਆ ਜੀ। ਫੋਰਮ ਮੈਂ ਦਿਖਾਉਂਦਾ ਤੁਹਾਨੂੰ ਕਿਵੇਂ ਕੀ ਆਊਟਪੁੱਟ ਇਹਦੀ ਆ ਰਹੀ ਆ। ਲੋਕਲ ਹੋਸਟ, ਠੀਕ ਆ ਜੀ, ਲੋਕਲ ਹੋਸਟ ABC ਨਾਂ ਦਾ ਫੋਲਡਰ ਵਿੱਚ ਫੋਰਮ ਡੋਟ PHP। ਆਹ ਦੇਖੋ ਜੀ, ਆਹ ਆਊਟਪੁੱਟ ਆ। ਈਮੇਲ ID ਅਤੇ ਪਾਸਵਰਡ ਅਸੀਂ ਐਂਟਰ ਕਰ ਸਕਦੇ ਹਾਂ। ਬੇਸਿਕਲੀ ਮੈਂ ਇਹ ਨਾ ਵੈਲਿਊ ਤੁਹਾਨੂੰ ਸਬਮਿਟ ਕਰਕੇ ਦਿਖਾਉਣੀਆਂ ਨੇ, ਠੀਕ ਆ ਨਾ। ਮੰਨ ਲਓ ਮੈਂ ਇਨਸਰਟ ਹੀ ਲਿਖ ਦਿੰਦਾ ਇੱਥੇ, ਇਨਸਰਟ ਵੈਲਿਊਸ, ਠੀਕ ਆ ਜੀ। ਈਮੇਲ ID ਆ ਗਈ, ਇਨਪੁਟ ਟਾਈਪ ਈਮੇਲ ID ਆ ਗਈ, ਈਮੇਲ ਇਨਪੁਟ ਟਾਈਪ ਈਮੇਲ ਲਿਖਣਾ, ਈਮੇਲ ਹੀ ਅਸੀਂ ਐਂਟਰ ਕਰ ਸਕਦੇ। ਪਾਸਵਰਡ ਇਨਪੁਟ ਟਾਈਪ, ਠੀਕ ਆ ਜੀ, ਪਾਸਵਰਡ ਆ ਗਿਆ, ਠੀਕ ਆ ਜੀ। ਬਾਕੀ ਸਬਮਿਟ ਦਾ ਬਟਨ ਹੈਗਾ ਹੀ ਹੈ ਇਹਦੇ ਵਿੱਚ। ਤਾਂ ਫੋਰਮ ਐਕਸ਼ਨ, ਐਕਸ਼ਨ ਅਸੀਂ ਕਰ ਦਿੰਦੇ ਹਾਂ ਹੈਸ਼, ਠੀਕ ਆ ਜੀ। ਮੈਥਡ ਪੋਸਟ, ਠੀਕ ਆ ਜੀ, ਆ ਲੈ ਕੇ ਅਸੀਂ ਹੁਣ ਦੀ ਹੈਸ਼ ਕਰਨ ਨਾਲ ਅਸੀਂ ਉੱਪਰ ਟੋਪ ਦੇ ਉੱਤੇ ਵਿੱਚ ਕੋਡਿੰਗ ਕਰਨੀ ਆ ਇਹਦੀ। PHP ਸਟਾਰਟ, PHP ਇੱਥੇ ਮੈਂ ਐਂਡ ਕਰਦਾ। ਮੈਂ ਕਹਿੰਦਾ ਇੱਥੇ ਇਫ ਇਜ ਸੈੱਟ ਡੋਲਰ ਅੰਡਰਸਕੋਰ ਕੈਪੀਟਲ 'ਚ ਪੋਸਟ, ਠੀਕ ਆ ਜੀ। ਸਬਮਿਟ ਸਬਮਿਟ ਆਉਣਾ ਸੀ, SUBMIT ਸਬਮਿਟ, ਠੀਕ ਹੈ। ਇਹਦਾ ਮਤਲਬ ਇਹ ਆ, ਜੇਕਰ ਅਸੀਂ ਸਬਮਿਟ ਕਲਿੱਕ ਕਰਾਂਗੇ ਤਾਂ ਅੰਦਰਲੀ ਕੋਡਿੰਗ ਚੱਲੇ, ਨਹੀਂ ਤਾਂ ਕਿਉਂਕਿ ਟੋਪ ਤੋਂ ਬੋਟਮ ਤੱਕ ਕੋਡਿੰਗ ਚੱਲਣੀ ਹੁੰਦੀ। ਜੇ ਅਸੀਂ ਅਨਿਲ ਕਹਿੰਦੇ ਤਾਂ ਇੱਥੇ ਐਰਰ ਆਉਣਗੀਆਂ, ਆਇਡੈਂਟੀਫਾਈਡ ਵੇਰੀਏਬਲ, ਠੀਕ ਹੈ ਨਾ, ਇੱਦਾਂ ਦਾ ਕੁਛ। ਤਾਂ ਮੈਂ ਦੋ ਵੈਲਿਊ ਰਿਸੀਵ ਕਰਨੀਆਂ ਨੇ, ਉਹ ਕਿਵੇਂ ਰਿਸੀਵ ਕਰਨੀਆਂ। ਡੋਲਰ ਈਮੇਲ ਨਾਂ ਦਾ ਮੈਂ ਵੇਰੀਏਬਲ ਲੈਣਾ, ਇਕੁਅਲ ਟੂ ਡੋਲਰ ਅੰਡਰਸਕੋਰ ਪੋਸਟ, ਠੀਕ ਆ ਜੀ। ਇਹਦੇ 'ਚ ਮੈਂ ਲਿਖ ਦਿੰਦਾ ਹਾਂ ਪਹਿਲੇ ਦਾ ਨਾਮ ਹੈਗਾ ਆ ਈਮੇਲ, ਜੋ ਨੇਮ ਆ ਫੀਲਡ ਦੇ, ਠੀਕ ਆ ਜੀ। ਡੋਲਰ ਪਾਸਵਰਡ ਇਕੁਅਲ ਟੂ ਡੋਲਰ ਅੰਡਰਸਕੋਰ ਪੋਸਟ ਪਾਸਵਰਡ। ਦੇਖੋ ਜੀ, ਥੋੜ੍ਹੀਆਂ ਜਿਹੀਆਂ ਐਗਜ਼ਾਮਪਲਾਂ ਹੀ ਨੇ ਇਹਦੀਆਂ, ਜੇ ਉਹ ਚੰਗੀ ਤਰ੍ਹਾਂ ਕਰ ਲਈਆਂ ਜਾਣ ਮੈਂ ਬੜੇ ਆਸਾਨੀ ਨਾਲ ਦੱਸੂੰਗਾ ਵੀ ਕਿਵੇਂ ਅਸੀਂ ਕਰਨਾ। ਜੇਕਰ ਅਸੀਂ ਐਗਜ਼ਾਮਪਲ ਨਹੀਂ ਕਰਾਂਗੇ ਤਾਂ ਫਿਰ ਕੁਛ ਨਹੀਂ ਹੱਥ ਪੱਲੇ ਪੈਣਾ ਸਾਡੇ। ਤਾਂ ਅੱਜ ਵੀ ਮੈਂ ਹੁਣ ਦੋ ਵੈਲਿਊਜ਼ ਨੂੰ ਡਾਟਾਬੇਸ 'ਚ ਇਨਸਰਟ ਕਰਾ ਰਿਹਾ, ਤੁਸੀਂ 4, 5, 7, 9 ਇੱਦਾਂ ਅਲੱਗ ਅਲੱਗ ਵੈਲਿਊਜ਼ ਨੂੰ ਆਪਣੇ ਦਿਮਾਗ ਨਾਲ ਕਰਾਓ। ਇਹ 2 ਨੂੰ ਕਰਾਓ ਪਹਿਲਾਂ, ਫਿਰ 4 ਨੂੰ ਕਰਾਓ, ਫਿਰ ਪ੍ਰੈਕਟਿਸ ਹੋਊਗੀ। ਪ੍ਰੈਕਟਿਸ ਤੋਂ ਵਗੈਰ ਇਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਕਰਨ ਦਾ, ਪ੍ਰੈਕਟਿਸ ਨਾਲ ਦੀ ਨਾਲ ਜ਼ਰੂਰੀ ਆ। ਤਾਂ ਹੀ ਅਗਲੀ ਵੀਡੀਓ ਦੇਖਣੀ ਆ ਪਹਿਲਾਂ ਇਹ ਕਰਕੇ, ਠੀਕ ਆ ਜੀ। ਇਸ ਤੋਂ ਬਾਅਦ ਮੈਂ ਹੁਣ ਕੀ ਕਰਦਾ ਹਾਂ, ਮੈਂ ਹੁਣ ਡੋਲਰ STR ਕਿਊਰੀ ਲਗਾਉਂਦਾ ਮੈਂ, ਇਕੁਅਲ ਟੂ ਇਨਸਰਟ ਇੰਟੂ, ਠੀਕ ਆ ਜੀ, ਯੂਜ਼ਰਸ ਨਾਂ ਦਾ ਟੇਬਲ, ਠੀਕ ਆ ਜੀ, ਯੂਜ਼ਰ ਨੇਮ, ਯੂਜ਼ਰ ਨੇਮ ਕੌਮਾ ਪਾਸਵਰਡ, ਪਾਸਵਰਡ ਵੈਲਿਊਸ ਚਾਹੇ ਸਮਾਲ ਚੀਜ਼ ਲਿਖ ਲਈਏ ਅਸੀਂ, ਇਹ ਸਿੰਗਲ ਕੋਡ ਡਬਲ ਕੋਡ, ਇਹ ਤਾਂ ਸਿੰਗਲ ਕੋਡ ਨਾਲ ਵੀ ਆ ਜਾਂਦਾ। ਡੋਲਰ ਈਮੇਲ ਕੌਮਾ ਸਿੰਗਲ ਕੋਡ ਡੋਲਰ ਪਾਸਵਰਡ, ਠੀਕ ਹੈ ਜੀ। ਮੈਂ ਕਿਊਰੀ ਬਣਾ ਲਈ MySQL ਅੰਡਰਸਕੋਰ ਕਿਊਰੀ ਡੋਲਰ STR, ਠੀਕ ਹੈ ਜੀ, ਇਹਦੇ ਨਾਲ ਕਿਊਰੀ ਚੱਲ ਪੈਣੀ। ਹੁਣ ਦੇਖੋ ਜੀ, ਅਸੀਂ ਸਭ ਤੋਂ ਪਹਿਲੀ ਗੱਲ ਕਨੈਕਟੀਵਿਟੀ ਨਹੀਂ ਹਾਲੇ ਤੱਕ ਕੀਤੀ, ਕਨੈਕਟੀਵਿਟੀ ਕਰਕੇ ਦਿਖਾਉਂਦਾ ਮੈਂ ਕਿਵੇਂ ਕਰਨੀ ਆ। MySQL ਅੰਡਰਸਕੋਰ ਕੁਨੈਕਟ, ਠੀਕ ਆ ਜੀ, ਲੋਕਲ ਹੋਸਟ ਕੌਮਾ ਰੂਟ ਕੌਮਾ ਰੂਟ, ਇੱਕ ਲਾਈਨ ਨਾਲ ਕਨੈਕਟੀਵਿਟੀ ਹੋਣੀ। MySQL ਅੰਡਰਸਕੋਰ ਸਿਲੈਕਟ ਅੰਡਰਸਕੋਰ DB, ਕਿ ਡਾਟਾਬੇਸ ਸਿਲੈਕਟ ਕਰਨਾ। ਮੈਂ ਲਿਖ ਦਿੰਦਾ ਆਕਾਸ਼ ਵੈਬਸ ਨਾਂ ਦਾ ਡਾਟਾਬੇਸ। ਦੇਖੋ ਜੀ, ਅਸੀਂ ਆਕਾਸ਼ ਵੈਬਸ ਦਾ ਡਾਟਾਬੇਸ ਚਾਹੀਦਾ, ਉਹਦੇ ਵਿੱਚ ਯੂਜ਼ਰਸ ਨਾਂ ਦਾ ਟੇਬਲ ਚਾਹੀਦਾ ਆ, ਜਿਸ ਆ ਫੀਲਡ ਹੋਣ, ਠੀਕ ਆ ਜੀ। ਕਨੈਕਟੀਵਿਟੀ ਦੀ ਕੋਡਿੰਗ ਹੋ ਗਈ ਹੋਈ ਆ, ਹੁਣ ਮੈਂ ਲੋਕਲ ਹੋਸਟ ਵਿੱਚ ਜਾ ਕੇ
local host, ठीक है जी, slash ਇੱਥੋਂ ਦੀ ਪੀ ਐਚ ਪੀ ਮਾਈ ਐਡਮਿਨ 'ਚ ਗਏ ਸੀ, ਠੀਕ ਹੈ ਨਾ। ਯੂਜ਼ਰ ਨੇਮ ਪਾਸਵਰਡ ਲੋਕਲ ਹੋਸਟ ਦਾ ਜਿਹੜਾ ਮੈਂ ਸੋਫਟਵੇਅਰ ਯੂਜ਼ ਕਰ ਰਿਹਾ ਇਹਦੇ ਵਿੱਚ ਰੂਟ ਰੂਟ ਹੁੰਦਾ ਆ, ਕਈਆਂ 'ਚ ਰੂਟ ਯੂਜ਼ਰ ਨੇਮ ਹੁੰਦਾ ਪਾਸਵਰਡ ਖਾਲੀ ਹੁੰਦਾ ਆ, ਤਾਂ ਜਿਹੜਾ ਯੂ ਵੈਮ ਆਪਾਂ ਯੂਜ਼ ਕਰਦੇ ਹਾਂ ਇਹ 'ਚ ਰੂਟ ਰੂਟ ਹੁੰਦਾ, ਦੇਖੋ ਭਰਨਾ ਵੀ ਪਊਗਾ ਸਾਨੂੰ ਰੂਟ ਰੂਟ, ਠੀਕ ਆ ਜੀ। ਜਦੋਂ ਅਸੀਂ ਸਰਵਰ 'ਤੇ ਇਹੀ ਚੀਜ਼ ਅਸੀਂ ਅਪਲੋਡ ਕਰਦੇ ਹਾਂ ਉੱਥੇ ਅਲੱਗ ਤੋਂ ਬਣਾਉਣਾ ਪੈਂਦਾ ਸਾਨੂੰ, ਠੀਕ ਆ ਜੀ, ਅਲੱਗ ਪਾਸਵਰਡ ਸਾਨੂੰ ਉੱਥੇ ਕ੍ਰੀਏਟ ਹੀ ਕਰਨਾ ਪੈਂਦਾ ਆ, ਠੀਕ ਹੈ। ਸਰਵਰ 'ਤੇ ਅਸੀਂ ਕਿਵੇਂ ਕਰਨਾ ਉਹ ਵੀ ਮੈਂ ਕਰਕੇ ਦਿਖਾਊਂਗਾ ਨੈਕਸਟ ਵੀਡੀਓਜ਼ ਦੇ ਵਿੱਚ। ਹੁਣ ਮੈਂ ਇੱਥੇ ਪਹਿਲਾਂ ਤਾਂ ਡਾਟਾਬੇਸ ਨਾਮ ਬਣਾਵਾਂ ਆਕਾਸ਼ ਵੈਬਸ ਨਾਂ ਦਾ, ਆਕਾਸ਼ ਵੈਬਸ ਕ੍ਰੀਏਟ, ਠੀਕ ਆ ਜੀ। ਹੁਣ ਅਸੀਂ ਆਕਾਸ਼ ਵੈਬਸ ਦੇ ਅੰਦਰ ਜਾ ਕੇ ਟੇਬਲ ਕ੍ਰੀਏਟ ਕਰਦੇ ਹਾਂ ਯੂਜ਼ਰਸ। ਮੈਂ ਇੱਥੇ ਤਿੰਨ ਫੀਲਡ ਲੈ ਲੈਂਦਾ, ਠੀਕ ਹੈ ਜੀ। ਤਿੰਨ ਫੀਲਡ ਕਿਹੜੇ ਕਿਹੜੇ ਲਊਂਗਾ, ਪਹਿਲਾਂ ਇੱਕ ਤਾਂ ਆਈਡੀ ਲੈ ਲੈਂਦਾ ਮੈਂ, ਇੱਕ ਲੈ ਆਈਡੀ, ਇਹਨੂੰ ਇੰਟੀਜਰ ਹੀ ਰਹਿਣ ਦਿਓ, ਯੂਜ਼ਰ ਨੇਮ, ਉਸ ਤੋਂ ਬਾਅਦ ਪਾਸਵਰਡ, ਠੀਕ ਆ। ਇਹਨੂੰ ਲਓ ਵੈਰ ਕੈਰ, ਇਹਨੂੰ ਲਓ ਡਾਟਾ ਟਾਈਪ ਵੈਰ ਕੈਰ, ਲਿਮਿਟ ਇਹ 30 ਕਰ ਦਿਓ, ਇਹਦੀ ਵੀ 30 ਕਰ ਦਿਓ। ਉਸ ਤੋਂ ਇਲਾਵਾ ਆਟੋ ਇੰਕਰੀਮੈਂਟ ਇਹ 'ਚ ਲਗਾ ਦਿਓ, ਪ੍ਰਾਇਮਰੀ ਕੀ ਲਗਾ ਦਿਓ, ਠੀਕ ਆ ਜੀ। ਤਾਂ ਆਈਡੀ ਆਪਣੇ ਆਪ ਇੱਕ ਇੱਕ ਇਨਕਰੀਜ਼ ਹੋਈ ਚੱਲੂਗੀ। ਯੂਜ਼ਰ ਨੇਮ ਪਾਸਵਰਡ ਇਹ ਪੂਰੇ ਸਪੈਲਿੰਗ ਮੈਚ ਕਰਨੇ ਚਾਹੀਦੇ ਆ ਇਹਦੇ ਨਾਲ, ਮਾੜੀ ਜਿਹੀ ਵੀ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ, ਮਾੜਾ ਮੋਟਾ ਵੀ ਇੱਧਰ ਉੱਧਰ ਹੋਇਆ ਤਾਂ ਚੱਲਣਾ ਨਹੀਂ ਹੈਗਾ। ਹੁਣ ਮੇਰੀ ਕੋਡਿੰਗ ਲਗਭਗ ਹੋ ਗਈ ਆ, ਮੈਂ ਮੈਸੇਜ ਨਹੀਂ ਕੋਈ ਲਗਾਇਆ, ਮੈਂ ਇੱਥੇ ਮੈਸੇਜ ਵੀ ਲਗਾ ਦਿੰਦਾ ਇੱਕੋ ਇਨਸਰਟਡ ਸੈਮੀਕੋਲਨ, ਠੀਕ ਆ ਜੀ। ਹੁਣ ਮੈਂ ਕੀ ਕਰਦਾ ਹਾਂ, ਆਈਫੋਨ ਨੂੰ ਰੀਫਰੈਸ਼ ਕਰਦਾ, ਇੱਥੇ ਕਲਿੱਕ ਕਰਕੇ ਰੀਫਰੈਸ਼ ਕਰਨਾ ਜੀ, ਠੀਕ ਆ ਜੀ, ਰੀਫਰੈਸ਼। ਮੈਂ ਈਮੇਲ ਆਈ ਡੀ ਭਰਤੀ, ਠੀਕ ਆ, ਪਾਸਵਰਡ ਮੈਂ ਕੁਛ ਵੀ ਭਰ ਦੇਣਾ ਆਕਾਸ਼ 123, ਇਹ ਸਬਮਿਟ, ਸਾਡੇ ਕੋਲ ਇਨਸਰਟਡ ਲਿਖਿਆ ਨਹੀਂ ਆਇਆ, ਠੀਕ ਆ ਨਾ ਜੀ। ਇੱਥੇ ਬਰਾਊਜ਼ 'ਚ ਚੱਲੀਏ ਸੀ, ਨਹੀਂ ਆਈ ਵੈਲਿਊ, ਦੇਖੋ ਆਕਾਸ਼ ਵੈਬਸ ਸਾਡਾ ਹੈਗਾ ਆ ਡਾਟਾਬੇਸ ਦਾ ਨੇਮ, ਇਨਸਰਟ ਇੰਟੂ ਯੂਜ਼ਰਸ, ਯੂਜ਼ਰਸ ਨਾਂ ਦਾ ਟੇਬਲ ਆ ਅਸੀਂ ਬਣਾਇਆ, ਯੂਜ਼ਰ USERS ਯੂਜ਼ਰਸ, ਬਿਲਕੁਲ ਠੀਕ ਆ। ਸਟਰਕਚਰ ਦੇ ਵਿੱਚ ਅਸੀਂ ਲਿਖਿਆ ਵਾ ਯੂਜ਼ਰ ਨੇਮ ਪਾਸਵਰਡ, ਯੂਜ਼ਰ ਨੇਮ ਪਾਸਵਰਡ, ਬਿਲਕੁਲ ਠੀਕ ਆ ਜੀ। ਵੈਲਿਊਜ਼ ਦੇ ਵਿੱਚ ਅਸੀਂ ਡੋਲਰ ਈਮੇਲ, ਡੋਲਰ ਪਾਸਵਰਡ, ਠੀਕ ਆ ਜੀ, ਠੀਕ ਆ ਜੀ। ਕੋਈ ਦੁਬਾਰਾ ਰੀਫਰੈਸ਼ ਕਰੀਏ ਅਸੀਂ, ਠੀਕ ਆ ਜੀ, ABC 'ਚ ਗਏ ਅਸੀਂ, ਫਾਰਮ ਡੋਟ PHP 'ਚ ਗਏ, ਇੱਥੇ ਈਮੇਲ ਸਿਲੈਕਟ ਕੀਤੀ, ਠੀਕ ਆ, ਕੁਛ ਵੀ ਪਾਸਵਰਡ ਫਿਲ ਕੀਤਾ, ਸਬਮਿਟ ਕੀਤਾ, ਨਹੀਂ ਹੋ ਰਿਹਾ, ਠੀਕ ਆ ਜੀ। ਦੁਬਾਰਾ ਇੱਕ ਵਾਰੀ ਸਬਮਿਟ ਇਹਨੂੰ ਕਰੀਏ, ਕੰਟਰੋਲ ਐਸ ਸਬਮਿਟ, ਦੁਬਾਰਾ ਨੀਚੇ ਤੋਂ ਸ਼ੁਰੂ ਕਰਦੇ ਹਾਂ ਜੀ। ਦੇਖੋ ਇਨਪੁੱਟ ਟਾਈਪ ਸਬਮਿਟ ਫੋਰਮ ਸਟਾਰਟ ਐਕਸ਼ਨ ਹੈਸ਼ ਮੈਥਡ ਪੋਸਟ, ਠੀਕ ਆ ਜੀ, ਬਿਲਕੁਲ ਠੀਕ ਆ। ਮੈਥਡ ਪੋਸਟ ਨਾਲ ਹੀ ਅਸੀਂ ਵੈਲਿਊ ਉੱਪਰ ਲੈ ਕੇ ਆਏ ਹਾਂ, ਠੀਕ ਆ ਜੀ। ਰੂਟ ਰੂਟ ਕਨੈਕਟੀਵਿਟੀ ਹੋਈ, ਆਕਾਸ਼ ਵੈਬਸ ਡਾਟਾ ਵੀ ਸਿਲੈਕਟ ਕੀਤਾ, ਇਨਸਰਟ ਇੰਟੂ ਯੂਜ਼ਰਸ ਕਿਊਰੀ ਲਗਾਈ, ਮਾਈਸਕਿਊਲ ਅੰਡਰਸਕੋਰ ਕਿਊਰੀ ਚਲਾ ਦਿੱਤੀ ਅਸੀਂ, ਠੀਕ ਆ ਜੀ। ਦੁਬਾਰਾ ਤੁਹਾਨੂੰ ਕਹਿੰਦਾ ਆਕਾਸ਼ ਵੈਬਸ @gmail.com ਪਾਸਵਰਡ AK123, ਠੀਕ ਆ ਜੀ। ਰਨਿੰਗ ਚਾਹੇ ਦੁਬਾਰਾ ਫਿਰ ਦੱਬ ਲਈਏ, ਇਨਸਰਟ ਸ਼ਾਇਦ ਨਹੀਂ ਚੱਲਿਆ, ਨਹੀਂ ਆਊਟਪੁੱਟ ਆਈ, ਦੇਖੀ ਦੁਬਾਰਾ ਬਰਾਊਜ਼ ਕਰਕੇ ਨਹੀਂ ਆ ਰਹੀ। ਤਾਂ ਕਈ ਵਾਰੀ ਛੋਟੀ ਜਿਹੀ ਗਲਤੀ ਕਰਕੇ ਸਾਡੇ ਕੋਲ ਨਹੀਂ ਚੱਲਣਾ ਹੈ, ਠੀਕ ਆ ਜੀ। ਤਾਂ ਅਸੀਂ ਧਿਆਨ ਨਾਲ ਫਿਰ ਦੇਖ ਲਈਏ, ਇਫ ਇਜ਼ ਸੈਟ ਸਬਮਿਟ, ਸਾਰਾ ਕੁਛ ਠੀਕ ਆ। ਜੇ ਅਸੀਂ ਇਹ ਕੋਡਿੰਗ ਨੂੰ ਉੱਪਰ ਲਗਾਉਂਦੇ ਹਾਂ, ਇਹਨੂੰ ਕੱਟ ਕਰਕੇ ਅਸੀਂ ਸਭ ਤੋਂ ਟੋਪ 'ਤੇ ਲਗਾਉਂਦੇ ਹਾਂ, ਜੇ ਤਾਂ ਇੱਥੇ ਸਾਡੇ ਕੋਲ ਐਰਰ ਆਈ, ਇਟ ਮੀਨਸ ਕਨੈਕਟੀਵਿਟੀ ਨਹੀਂ ਹੋਈ, ਕੋਈ ਐਰਰ ਨਹੀਂ, ਇਟ ਮੀਨਸ ਕਨੈਕਟੀਵਿਟੀ ਹੋ ਗਈ ਹੋਈ ਆ,
ਠੀਕ ਆ ਜੀ। ਉਸ ਤੋਂ ਬਾਅਦ ਸਬਮਿਟ ਦੇ ਉੱਤੇ ਵੈਲਿਊ ਰਿਸੀਵ ਕੀਤੀਆਂ ਸੀ ਅਤੇ ਇੰਸਰਟ ਕੀਤਾ। ਇੱਦਾਂ ਕਰਦਾ ਮੈਂ ਪੁਰਾਣੇ ਤਰੀਕੇ ਦੇ ਨਾਲ ਮੈਂ ਇਹਨਾਂ ਵੇਰੀਏਬਲਸ ਨੂੰ ਲਿਖ ਦਿੰਦਾ। ਹਾਂਜੀ, ਅਸੀਂ ਨਾ ਜੀ ਸਟੈਪ ਬਾਏ ਸਟੈਪ ਚੈੱਕ ਕਰ ਲੈਂਦੇ ਹਾਂ। ਹੁਣ ਦੇਖੋ ਜੀ, ਪਹਿਲਾਂ ਤਾਂ ਅਸੀਂ ਇੱਦਾਂ ਕਰਾਂਗੇ, ਦੇਖੋ ਫੋਰਮ ਐਕਸ਼ਨ, ਠੀਕ ਆ, ਫੋਰਮ ਐਕਸ਼ਨ ਹੈਸ਼ ਮੈਥਡ ਪੋਸਟ, ਬਿਲਕੁਲ ਠੀਕ ਆ। ਇਹਦਾ ਨੇਮ ਕੀ ਆ? ਨੇਮ ਹੈਗਾ ਈਮੇਲ, ਠੀਕ ਆ ਜੀ। ਇਹਦਾ ਨੇਮ ਹੈਗਾ ਪੀ ਡਬਲਿਊ ਡੀ। ਹੁਣ ਨੇਮ ਨਾਲ ਹੀ ਵੈਲਿਊ ਰਿਸੀਵ ਕਰਨੀਆਂ ਹੁੰਦੀਆਂ, ਠੀਕ ਆ ਜੀ। ਆਹ ਦੇਖੋ, ਇੱਥੇ ਅਸੀਂ ਪਾਸਵਰਡ ਲਿਖਿਆ, ਤਾਂ ਪੀ ਡਬਲਿਊ ਡੀ ਆਊਗਾ ਜੀ, ਪੀ ਡਬਲਿਊ ਡੀ, ਠੀਕ ਆ ਜੀ। ਹੁਣ ਰਿਸੀਵ ਹੋਣਗੀਆਂ ਵੈਲਿਊ ਸਹੀ, ਅਤੇ ਇੰਸਰਟ ਹੋ ਜਾਣਗੀਆਂ। ਇੱਕ ਵੀ ਐਰਰ ਹੋਈ ਤਾਂ ਇਹ ਚੱਲਣਾ ਨਹੀਂ ਹੈਗਾ ਜੀ, ਠੀਕ ਹੈ ਜੀ। ਮੈਂ ਦੁਬਾਰਾ ਤੋਂ ਇਹਨੂੰ ਹੈਸ਼ ਹਟਾ ਕੇ ਰੀਫਰੈਸ਼ ਕੀਤਾ, ਠੀਕ ਆ ਜੀ। ਆਹ ਈਮੇਲ ਆਈ ਡੀ ਲਿਖੀ, ਕੁਛ ਵੀ ਪਾਸਵਰਡ ਲਿਖਿਆ, ਸਬਮਿਟ ਕੀਤਾ, ਅਤੇ ਦੇਖੀ ਹੁਣ ਗਈਆਂ ਵੈਲਿਊਸ ਨਹੀਂ ਗਈਆਂ ਹਾਲੇ ਵੀ। ਦੁਬਾਰਾ ਤੋਂ ਮੈਂ ਰੀਫਰੈਸ਼ ਕਰਕੇ ਇੱਕ ਵਾਰ ਦੇਖਾਂ, ਠੀਕ ਆ ਜੀ। ਮੈਂ ਕੁਛ ਵੀ ਲਿਖਿਆ, ਸਬਮਿਟ, ਠੀਕ ਆ ਜੀ, ਹਾਲੇ ਵੀ ਨਹੀਂ ਗਈ। ਮੈਂ ਦੁਬਾਰਾ ਦੇਖਦਾ ਜੀ। ਹੁਣ ਦੇਖੋ, ਅਸੀਂ ਨੇਮ ਇਹਨਾਂ ਦੇ ਬਿਲਕੁਲ ਆਈ ਡੀ ਹਟਾ ਦਿੰਦੇ ਹਾਂ ਜੀ, ਆਈ ਡੀ ਹਟਾ ਦਿੰਦੇ ਹਾਂ, ਆਈ ਡੀ ਹਟਾ ਦਿੰਦੇ ਹਾਂ, ਨੇਮ ਪੀ ਡਬਲਿਊ ਡੀ, ਠੀਕ ਹੈ ਜੀ, ਨੇਮ, ਈਮੇਲ, ਈਮੇਲ ਦੀ ਜਗ੍ਹਾ 'ਤੇ ਇਹਨੂੰ ਟਾਈਪ ਟੈਕਸਟ ਹੀ ਕਰ ਦਿੰਦਾ ਜੀ ਮੈਂ, ਟੈਕਸਟ, ਠੀਕ ਹੈ ਜੀ। ਨੇਮ ਅਸੀਂ ਲਿਖ ਦਿੰਦੇ ਹਾਂ, ਯੂਜ਼ਰ ਨੇਮ ਪੂਰੇ ਲਿਖ ਦਿੰਦੇ ਹਾਂ, ਯੂਜ਼ਰ ਨੇਮ, ਪਾਸਵਰਡ 'ਚ ਵੀ ਪੂਰਾ ਹੀ ਲਿਖ ਦਿੰਦੇ ਹਾਂ ਪਾਸਵਰਡ, ਠੀਕ ਹੈ ਜੀ। ਠੀਕ ਹੈ ਨਾ, ਇਨਪੁਟ ਟਾਈਪ ਚੈੱਕ ਬੋਕਸ, ਹੁਣ ਚੈੱਕ ਬੋਕਸ ਆਪਾਂ ਹਟਾਈ ਦਿੰਦੇ ਹਾਂ, ਇਹਦੀ ਵੈਲਿਊ ਤਾਂ ਆਪਾਂ ਲੈ ਨਹੀਂ, ਠੀਕ ਹੈ ਜੀ। ਇਨਪੁਟ ਟਾਈਪ ਸਬਮਿਟ, ਸਬਮਿਟ ਦਾ ਨੇਮ ਨਹੀਂ ਲਿਆ ਹੋਇਆ ਸੀ ਜੀ, ਇਹਦਾ ਨੇਮ ਸਬਮਿਟ, SUBMIT, ਸਬਮਿਟ, ਠੀਕ ਹੈ ਜੀ। ਇਨਪੁਟ ਟਾਈਪ ਟਾਈਪ ਸਬਮਿਟ, ਬਟਨ ਟਾਈਪ ਸਬਮਿਟ ਆ ਇਹ, ਠੀਕ ਹੈ ਜੀ। ਇਹਦਾ ਨੇਮ ਲੈ ਲਿਆ, ਹੁਣ ਮੇਰੇ ਹਿਸਾਬ ਨਾਲ ਠੀਕ ਹੋ ਜਾਣਾ ਚਾਹੀਦਾ। ਪਰ ਅਸੀਂ ਆਪਣੇ ਯੂਜ਼ਰ ਨੇਮ ਪਾਸਵਰਡ ਲਿਆ, ਇੱਥੇ ਵੀ ਯੂਜ਼ਰ ਨੇਮ ਪਾਸਵਰਡ ਕਰੀਏ ਸੀ, ਯੂਜ਼ਰ ਨੇਮ, ਇੱਥੇ ਪਾਸਵਰਡ ਪੂਰਾ, ਜੋ ਨੇਮ ਲਿਆ ਵਾ ਉਹੀ ਲੈਣਾ ਜੀ, ਜੋ ਨੀਚੇ ਨਾਮ ਯੂਜ਼। ਹੁਣ ਇਹ ਈਮੇਲ, ਈਮੇਲ ਪਾਸਵਰਡ ਇੱਥੇ ਮੈਂ ਹੀ ਰਹਿਣ ਦਿੰਦਾ, ਇੱਥੇ ਮੈਂ ਚੇਂਜਸ ਨਹੀਂ ਕਰਦਾ ਫਿਲਹਾਲ। ਇੱਥੇ ਮੈਂ ਰਿਫਰੈਸ਼ ਕੀਤਾ, ਠੀਕ ਹੈ ਜੀ। ਇੱਥੇ ਹੁਣ ਕੁਛ ਵੀ ਲਿਖ ਸਕਦੇ ਜੀ, ਕਿਉਂਕਿ ਇਨਪੁਟ ਟਾਈਪ ਈਮੇਲ ਨਹੀਂ ਨਾ ਹੈਗਾ। ਪਾਸਵਰਡ ਸਬਮਿਟ, ਆ ਦੇਖੋ ਇੰਸਰਟਡ ਆ ਗਿਆ, ਵੈਲਿਊ ਇੰਸਰਟ ਹੋ ਗਈ ਆ। ਦੇਖੋ ਜੀ, ਇੱਦਾਂ ਵੈਲਿਊ ਇੱਕ ਇੰਸਰਟ ਕਰਨ 'ਚ ਪ੍ਰੋਬਲਮ ਆਊਗੀ ਸਾਨੂੰ, ਇਹਦੀ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ। ਜੇ ਇਹਦੀ ਪ੍ਰੈਕਟਿਸ ਨਹੀਂ ਕੀਤੀ ਤਾਂ ਅੱਗੋਂ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ, ਭੁੱਲਦੀਆਂ ਜਾਣਗੀਆਂ ਚੀਜ਼ਾਂ, ਬਸ ਫਿਰ ਸਿਲੇਬਸ ਹੀ ਰਹਿ ਜਾਊਗਾ। ਅਤੇ ਇਹਦੇ ਦੋ ਚਾਰ ਸਟੈਪ ਹੀ ਨੇ ਜੀ, ਡਾਟਾ ਬੇਸ 'ਚ ਡਾਟਾ ਇੰਸਰਟ ਕਰਨਾ, ਡਿਲੀਟ ਕਰਨਾ, ਅਪਡੇਟ ਕਰਨਾ, ਉਹਦੇ ਨਾਲ ਹੀ ਸਾਰੇ ਪ੍ਰੋਜੈਕਟ ਬਣਨੇ ਹੁੰਦੇ ਨੇ। ਤਾਂ ਇੰਸਰਟ, ਜਿਵੇਂ ਹੁਣ ਮੈਂ ਦੋ ਵੈਲਿਊ ਕੀਤੀਆਂ, ਤੁਸੀਂ 10 ਵੈਲਿਊ ਕਰੋ, ਚੈੱਕ ਬੋਕਸ ਦੀ ਵੈਲਿਊ, ਰੇਡੀਓ ਬਟਨ ਦੀ ਵੈਲਿਊ, ਤਾਂ ਇਹਦੀ ਪ੍ਰੋਪਰ ਸਟੱਡੀ ਹੋਣੀ ਜ਼ਰੂਰੀ ਆ, ਫਿਰ ਹੀ ਅੱਗੇ ਜਾਣ ਦਾ ਫਾਇਦਾ, ਠੀਕ ਆ ਜੀ। ਥੈਂਕ ਯੂ, ਥੈਂਕ ਯੂ ਵੈਰੀ ਮੱਚ।